ਕਿ ਵੀ ਕਾਇਨਾਤ ਦਾ ਨਿਜ਼ਾਮ ਤੇਰੀ ਮਰਜ਼ੀ ਬਗੈਰ ਚੱਲ ਹੀ ਨਹੀਂ ਸਕਦਾ। ਉਹਨਾਂ ਨੂੰ ਸਿਹਤ ਬਖਸ਼, ਉਹਨਾਂ ਨੂੰ ਆਪਣਾ ਬੱਚਾ ਨਸੀਬ ਫਰਮਾ, ਬੱਚਿਆਂ ਨੂੰ ਉਹਨਾਂ ਦਾ ਸਾਇਆ ਨਸੀਬ ਫਰਮਾ। ਬੀਬੀ ਤੁਸੀਂ ਮੈਨੂੰ ਖਾਲੀ ਕਰਾਈ ਨਹੀਂ ਬੁਲਾਇਆ, ਅੱਬਾਸ ਦਾ ਸਦਕਾ ਮੇਰੀ ਅਪੀਲ ਮਨਜ਼ੂਰ ਫਰਮਾ, ਮੇਰੇ ਭਾਈ ਨੂੰ ਉਹਨਾਂ ਦੇ ਬੇਟੇ ਨੂੰ ਸਿਹਤ ਬਖਸ਼ ਜੀ। ਆਓ, ਮੈਨੂੰ ਅਜ਼ੀਜ਼ਾਂ ਦੱਸਿਆ ਇੱਕ ਜਵਾਨ ਬੱਚਾ ਮਾਤਮੀ ਜ਼ੰਜੀਰਾਂ ਦਾ ਮਾਤਮੀ ਬਿਮਾਰ ਹੈ, ਪਾਕ ਕਾਸਿਮ ਬਾਦਸ਼ਾਹ ਦਾ ਸਦਕਾ ਅਮੀਰ ਕਾਸਿਮ, ਲਜਪਾਲ ਕਾਸਿਮ, ਸਖੀ ਕਾਸਿਮ, ਜਿਹੜੀ ਦੀ ਸਿਫਾਰਿਸ਼ ਵਾਸਤੇ ਭਾਈ ਸਾਹਿਬ ਕਾਸਿਮ ਦੀ ਅਮੜੀ ਨਾਲ ਟੁਰੀਏ, ਬਾਸ ਢਾਹ ਮਾਰ ਕੇ ਦੇ ਹੁਣ ਸਿਫਾਰਿਸ਼ ਵੱਡੀ ਹੈ, ਹੁਣ ਕਾਸਿਮ ਨਹੀਂ ਬਚਦਾ। ਇਸ ਨੌਖੇਜ਼ ਦਾ ਸਦਕਾ ਉਸ ਬੱਚੇ ਨੂੰ ਸਿਹਤ ਬਖਸ਼। ਮੇਰੀ ਸਹਿਣ ਹੋਰ ਅਪੀਲ ਸਾਡੇ ਕੋਲ ਹੈ ਕੋਨਾ, ਇਹਨਾਂ ਸ਼ਾਜ਼ਾਦਿਆਂ ਤੋਂ ਬਗੈਰ ਇਹਨਾਂ ਦੇ ਵਾਸਤੇ ਹੀ ਮੈਨੂੰ ਖਾਲੀ ਨਵਲ ਆਵੇ। ਬਾਦਸ਼ਾਹਾਂ ਦਾ ਸਦਕਾ ਤਮਾਮ ਮਰੀਜ਼ਾਂ ਸਮੇਤ ਉਸ ਬੱਚੇ ਨੂੰ, ਮੇਰੇ ਭਾਈ ਨੂੰ, ਉਹਨਾਂ ਦੇ ਬੇਟੇ ਨੂੰ ਸਿਹਤ ਨਸੀਬ ਫਰਮਾ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾ ਆਲ ਮੁਹੰਮਦ ਵਾ ਅਜਲ ਫਰਜਹੁਮ ਯਾ ਅਲੀ ਯਾ ਅਲੀ ਯਾ ਅਲੀ ਮਾਸ਼ਾ ਅੱਲਾਹੁ ਲਾ ਹੌਲ ਵਲਾ ਕੁਵਤ ਇਲਾ ਬਿੱਲਾਹ ਅਲ ਅਲੀ ਅਲ ਅਜ਼ੀਮ। ਥੋੜ੍ਹੀ ਜਿਹੀ ਹਾਜ਼ਰੀ ਹੈ ਮੇਰੇ ਵਾਸਤੇ, ਇਜ਼ਾਜ਼ ਹੈ ਇਤਨੇ ਬਿਗ ਪ੍ਰੋਗਰਾਮ ਬੜੇ ਪ੍ਰੋਗਰਾਮ ਵਿੱਚ। ਇਬਤਦਾ ਮੈਂ ਹਕੀਰ ਫਕੀਰ ਕਰਦਾ, ਇਹ ਵੀ ਸਹਿਣ ਦੀ ਅਤਾ ਹੈ। ਥੋੜ੍ਹੀ ਜਿਹੀ ਨੌਕਰੀ ਪੇਸ਼ ਕਰਾਂ ਬਾਬਾ। ਯਾ ਅਲੀ ਯਾ ਅਲੀ ਯਾ ਅਲੀ ਮਾਸ਼ਾ ਅੱਲਾਹੁ ਲਾ ਹੌਲ ਵਲਾ ਕੁਵਤ ਇਲਾ ਬਿੱਲਾਹ ਅਲ ਅਲੀ ਅਲ ਅਜ਼ੀਮ। ਹੁਣੇ ਮੈਂ ਸੋਚਿੰਦਾ ਪਿਆ ਭਾਈ ਸ਼ੇਰ ਇੱਕ ਪੜਾ ਹੈ, ਜ਼ਰਬਤ ਓ ਅਲੀਨ ਫੀ ਯੌਮ ਅਲ ਖੰਦਕ ਅਫਜ਼ਲ ਓ ਮਿਨ ਇਬਾਦਤ ਸਕਲਾਇਨ। ਮੈਂ ਸੋਚਿੰਦਾ ਪਿਆ ਭਾਈ ਇੱਕ ਸੈਕਿੰਡ ਦੇ ਹਜ਼ਾਰਵੇਂ ਹਿੱਸੇ ਦੀ ਅਲੀ ਦੀ ਜ਼ਰਬ ਹੈ ਜਿਹੜੀ ਲੋਹੇ ਦੀ ਤਲਵਾਰ ਨਾਲ ਹੈ। ਸਕਲਾਇਨ ਵਿੱਚ ਅੰਬੀਆ ਵੀ ਆਉਂਦੇ ਨੇ, ਮਲਾਇਕ ਵੀ ਆਉਂਦੇ ਨੇ, ਅੱਲਾ ਵੀ ਆਉਂਦਾ ਹੈ ਸਕਲੈਨ ਚੱਲ ਵੀ ਆਉਂਦਾ ਹੈ। ਉਹ ਸਕਲੈਨ ਦੀ ਇਬਾਦਤ ਤੂੰ ਅਫਜ਼ਲ ਹੈ ਅਲੀ ਦੀ ਇੱਕ ਜ਼ਰਬ। ਪਤਾ ਨਹੀਂ ਮੌਲਵੀ ਜੀ ਕਿਹੋ ਜਿਹੀ ਨਮਾਜ਼ ਹੈ ਜਿਹੜੀ ਅਲੀ ਨਾਲ ਬਾਤਲ ਪਈ ਹੁੰਦੀ ਹੈ। ਮੈਂ ਸੋਚਿੰਦਾ ਰਿਹਾ ਆਪ ਪਾ ਕੇ, ਮੇਰਾ ਕਿਸੇ ਨਾਲ ਕੋਈ ਤਲਕ ਨਹੀਂ, ਭਾਵੇਂ ਜੋ ਕੋਈ ਕਰਦੇ ਰਹੋ, ਅਸਾਂ ਤਾਂ ਨਮਾਜ਼ ਪੜ੍ਹਦੇ ਹੀ ਇਸੇ ਵਾਸਤੇ ਹਾਂ ਜਿਹਦੇ ਵਿੱਚ ਅਲੀ ਹੈ। ਮੈਂ ਤਾਂ ਨਮਾਜ਼, ਮੈਨੂੰ ਤਾਂ ਅਲੀ ਚੰਗਾ ਹੀ ਇਹਦਾ ਲੱਗਦਾ, ਜੇ ਅਲੀ ਨਾ ਹੋਵੇ ਤਾਂ ਹੋ ਸਕਦਾ ਮੈਂ ਬਦਬਖਤ ਨਮਾਜ਼ ਪੜ੍ਹਨ ਵੀ ਨਾ।
الهی فکما فلکت البحر لموسی علیه السلام و نجاته و محمد و آل محمد یا علی یا علی و انت نجینی مما ما فیه و تفرجنی فرجاً عجلاً غیر عجلاً بے فضلِ کا و رحمتِ کا یا ارحم الراحمین ایک صلوات و سرکار دی ذات کھلے چہرے نال کل بھی میں دو ربائیاں پڑھیاں اج وہ پڑھدا دو سونے شعر بگ ٹیچراں دے شاگرد انہاں نوں سنویں دا پیاں تہانوں سنویں دا پیاں بھائی سنی بھراواں دا چوتھا امام شافی جن دی فقہ پئی چلدی ہے شافی دلی امام دے بارے کہہ رہا اعتقاد ہے دھرما دا امام شافی آدھا ہے خدا کہوں تو شریعہ سے برخلاف کہا خدا نہیں آگ سکتا مولوی بھڑک جائے گا فتوے لگ جان گے خدا نہیں آگ سکتا شافی امام شافی آدھا ہے خدا کہوں تو شریعہ سے برخلاف کہا نبی کہوں تو نبی تجھ سے ملتجی تھے صدا نبیاں تیرے تو مدد منگی آدم نو حوا تائیں ملائی نو دی دیڑی کندی لائی ابراہیم تے گلزار کیتی سارے نبیاں دا مددگار ہیں نبی بھی نہیں آ سکدا تو نبیاں تو بلند ہے مدد جو کردا ہے نبیاں دی شافی آدا ہے ملک کہوں تو ملائک نے تجھ سے سبق پڑھا بشر کہوں تو بشر کو یہ اختیار کجا ٹھوکر مارے تے مردہ اٹھ پوے اشارہ کرے تے نہیں ملاوے سوچ سوچ کے بھراواں دا امام شافی چکر چایا اپنے آپ نوں آدا ہے توصیف ذات پاک مجال بشر نہیں وہ تیری کیا سنا کرے جسے اپنی خبر نہیں قصیدہ سنوے نا سر کروں شکر کس طرح جو مجھے نہ شکر ملے ہے کروں شکر کس طرح جو مجھے نہ سانو تنخواہ کون دیندا ہے کرو شکر کس طرح جو مجھے نہ کرے ملے
ਫੇਰਾਓ ਤੂੰ ਆਦਾ ਸਾਰੇ ਇੱਕੋ ਜਾਇਨ ਸਾਰੇ ਇੱਕੋ ਜਾਇਨ ਹੁਣ ਸ਼ੇਰ ਮੈਂ ਪੜਨਾ ਹੈ ਇਨਸਾਫ ਤੈਂ ਕਰਨਾ ਹੈ ਮਸ਼ਹਦ ਜਿਹੜੇ ਤੂੰ ਪੁੱਛੋ ਸਾਡੇ ਭਾਈ ਆਓ ਅੱਲਾ ਇੱਕ ਨਬੀ ਇੱਕ ਕੁਰਾਨ ਇੱਕ ਇਵੇਂ ਅਕੀਦਾ ਵੱਖਰਾ ਵੱਖਰਾ ਲੇਕਿਨ ਹਰ ਸ਼ਤ ਇੱਕ ਨਬੀ ਵੀ ਇੱਕ ਹੁਣ ਮੈਂ ਕਾਫਿਰ ਕਿਉਂ ਹਾਂ ਉਹਦੀ ਵਜ੍ਹਾ ਕੀ ਹੈ ਸਾਨੂੰ ਕਾਫਿਰ ਸੱਦਣ ਇਨਾਇਤ ਖਾਨ ਹਰ ਸ਼ਹਿ ਜੋ ਇੱਕ ਹੈ ਅੱਲਾ ਹੀ ਇੱਕ ਹੈ ਨਬੀ ਇੱਕ ਹੈ ਕੁਰਾਨ ਹੀ ਇੱਕ ਹੈ ਕਲਮਾ ਹੀ ਇੱਕ ਹੈ ਹੁਣ ਮੈਂ ਬੜਾ ਦੱਸਦਾ ਸਾਂ ਕਾਫਿਰ ਕਿਉਂ ਆ ਸਭ ਕਾ ਇਹ ਫੈਸਲਾ ਸੋਹਣੀ ਸਿਹਤ ਦੇਵੇ ਔਰ ਇਨਸ਼ਾਅੱਲਾ ਮਿਲ ਸੀ ਬੀਬੀ ਖਾਲੀ ਨਾ ਮਿਲੇ ਸੀ ਤੁਹਾਨੂੰ ਅਜ਼ਾਦਾਰਾਂ ਨੂੰ ਕਾਲੇ ਕੱਪੜਾਂ ਵਾਲਿਆਂ ਨੂੰ ਹਾਂ ਬਾਬਾ ਮੌਲਵੀ ਸੇ ਫਾਤਮਾ ਨਾਰਾਜ਼ ਹੈ ਮਾਤਮੀ ਸੇ ਫਾਤਮਾ ਕੋ ਪਿਆਰ ਹੈ ਹਾਂ ਤੁਹਾਡੀ ਗੱਲ ਬੀਬੀ ਵਾਪਸ ਨਹੀਂ ਕਰਨੀ ਇਨਸ਼ਾਅੱਲਾ ਤਾਲਾ ਉਹਨਾਂ ਦੇ ਹੁਕਮੇ ਹਰ ਮਜਲਿਸ ਵਿੱਚ ਮੈਨੂੰ ਹੁਸੈਨ ਸਖੀ ਦੀ 70 ਆਦਿਨ ਪੜ੍ਹੋ ਇਹਨਾਂ ਦੀ ਸਿਹਤ ਜਾਬੀ ਵਾਸਤੇ ਮੋਹਰ ਲਾਉਣ ਵਾਸਤੇ ਗੁਲਾਮ ਅਕਬਰ ਮੈਂ ਹੁਸੈਨ ਦੀ 70 ਪੜ੍ਹਦਾ ਸਖੀ ਹੁਸੈਨ ਲਜਪਾਲ ਹੁਸੈਨ ਕਰੀਮ ਹੁਸੈਨ ਕਹੀਂ ਕੋ ਕੁਝ ਨਾ ਆਖਣ ਵਾਲਾ ਹੁਸੈਨ ਬਿਸਮਿਲਾ ਅੱਛਾ ਬਾਬਾ ਸਖੀ ਹੁਸੈਨ ਲਜਪਾਲ ਹੁਸੈਨ ਕਰੀਮ ਹੁਸੈਨ ਕਹੀਂ ਕੋ ਕੁਝ ਨਾ ਆਖਣ ਵਾਲਾ ਹੁਸੈਨ ਅੱਛਾ ਬਾਬਾ ਇੱਕ ਦਫਾ ਵਾਧਾ ਆਖ ਦੇਣਾ ਸਖੀ ਕਨਾਤ ਦਾ ਸਖੀ ਹੁਸੈਨ ਕਨਾਤ ਦਾ ਲਜਪਾਲ ਹੁਸੈਨ ਜੇ ਅੱਲਾ ਦਾ ਹੀ ਉਧਾਰ ਨਹੀਂ ਰੱਖਾ ਕਰੀਮ ਹੁਸੈਨ ਕਹੀਂ ਕੋ ਕੁਝ ਨਾ ਆਖਣ ਵਾਲਾ ਹੁਸੈਨ ਅੱਲਾ ਤੇ ਹੁਸੈਨ ਫਰਮਾਵੇ
ਬੰਦਾ ਕੋਈ ਨੀ ਜਾਣਦਾ ਉਹ ਵੇਖ ਕੇ ਰਾਜ਼ ਇਹ ਵੇਖ ਕੇ ਰਾਜ਼ ਬਿਸਮਿਲਾ ਬਾਬਾ ਜਿੰਦੇ ਰਹੋ ਜ਼ਾਕਰਾਂ ਦਾ ਰਾਸ਼ੇ ਮੁਕਾਵਾਂ ਨਮਾਜ਼ ਬੜੀ ਜ਼ਰੂਰੀ ਲੇਕਿਨ ਕਿਡਾਈ ਮੁਕਾਬਲਾ ਨਾ ਕੀਤਾ ਕਰ ਕਬਰ ਜਵਾਬ ਆਪ ਦੇਣੀ ਅਲੀ ਦੀ ਕੁਰਸੀ ਲਗਸੀ ਲਜਪਾਲ ਹੁਸੈਨ ਯਾਸੀ ਨਮਾਜ਼ ਸਫ਼ਰ ਇੱਚ ਕਸਰ ਹੁਸੈਨ ਹਰ ਵੇਲੇ ਪੂਰਾ ਨਮਾਜ਼ ਬਿਮਾਰੀ ਚ ਮਾਫ ਹੁਸੈਨ ਜ਼ਿੰਦਗੀ ਦੀ ਇੱਕ ਸੈਕਿੰਡ ਵਾਸਤੇ ਮਾਫ ਨਹੀਂ ਇਵੇਂ ਬਾਬਾ ਹਾਂ ਜਨਾਬ ਜਿਵੇਂ ਹੁੰਦਾ ਸਜਦਾ ਸਾਦੇ ਬਿਸਮਿਲਾ ਸਾਈਂ ਬਿਸਮਿਲਾ ਜਿਵੇਂ ਹੁੰਦਾ ਸਜਦਾ ਸਾਦੇ ਸਾਰਾ ਉੱਤੇ ਕਰ ਇੰਦੀ ਅਦਾਦਾਰੇ ਵੇ ਬੰਦਿਆਂ ਤੇ ਫਰ ਹੋਵੇ ਉਹ ਮਸੀਹ ਮੇਰੇ ਬਾਬਾ ਜੀ ਆ ਗਏ ਹੁਸੈਨ ਦੀ ਅੰਮਾ ਇਨਸ਼ਾਅੱਲਾ ਸਿਹਤ ਦੇ ਸੀ ਪਿੰਨੀ ਖੜੋਤਿਆਂ ਸਾਈਂ ਉਹਨਾਂ ਦੀ ਆਮਦ ਤੇ ਸਕੀ ਹੁਸੈਨ ਦੀ ਸੱਤਰ ਦੁਬਾਰਾ ਪੜ੍ਹਦਾ ਆ ਜਾਓ ਬਿਸਮਿਲਾ 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 ਬਾਬਾ ਸਾਈਂ ਹੁਸੈਨ ਦੀ ਪਾਕ ਅੰਮਾ ਸੋਹਣੀ ਸਿਹਤ ਦੇ ਸੀ ਜਿਵੇਂ ਹੁੰਦਾ ਸਜਦਾ ਕਿਉਂ ਆਲੇ ਪੈਗੰਬਰ ਦੀ ਜੰਗਲਾ ਵਿੱਚ ਰੁਲ ਗਈ ਕਿਉਂ ਆਲੇ ਪੈਗੰਬਰ ਦੀ ਜੰਗਲਾ ਵਿੱਚ ਰੁਲ ਗਈ ਨੌਕਰਾਂ ਸਾਈਂ ਗੁਲਾਮਾਂ ਆਲੇ ਪੈਗੰਬਰ ਦੀ ਪੜ੍ਹ ਕੇ ਦੁਆ ਮੰਗਦਾ ਇਮਾਮ ਜ਼ਮਾਨੇ ਦੀ ਦੁਆ ਬਾਬੇ ਵਾਸਤੇ ਹੁਣ ਮੈਨੂੰ ਬਾਬਾ ਦੱਸਦੇ ਪਾਇਆ ਤੇ ਮੈਂ ਆਲੀਆ ਤੇ ਮੇਰੇ ਉਸਤਾਦ ਇੱਕ ਬੰਦ ਪੜਾਈ ਬਹੁਤ ਪੁਰਾਣੀ ਗੱਲ ਸਾਰੇ ਸੁਣਦੇ ਉਹਨਾਂ ਕਨਾਤ ਆਈ ਸੱਤਰ ਕਦਮ ਤੇ ਬਾਬਾ ਕਨਾਤ ਆਈ ਸਾਹਿਬ ਭਾਈ
ਗਾਦੀ ਤਾਂ ਹੈ ਕੋਈ ਨਾ, ਕਹਿਨਾਤ ਕਹਿ ਲਈ ਆਈ ਮਤਲਬ ਤੁਹਾਡੇ ਅਕੀਦਿਆਂ ਨੂੰ ਕਰੋੜਾ ਸਲਾਮ। ਜਲੇ ਸੱਤਵੀਂ ਕਹਿਣਾ ਉਹਦੇ ਅੰਦਰ ਬੀਬੀ ਆਈ ਉਲੇਲਾ ਮਰਦੀ ਕਹਿਣਾ ਤੁਰੇ ਕਿਹਾ ਜੀ ਮੇਰਾ ਪਰਦਾ ਬਣ ਕੇ ਮੇਰੇ ਅੱਗੇ ਟੋਰ ਹਾਏ 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 ਅਜੇ ਮੈਂ ਬਾਹਰ ਨਹੀਂ ਆਉਣਾ ਜੇ ਮੇਰਾ ਭਰਾ ਮੌਜੂਦ ਹੈ ਭਰਾ ਦੇ ਬਾਅਦ ਮੈਂ ਅਲੀ ਬਣ ਕੇ ਬਾਹਰ ਆਉਣਾ ਹੈ। ਜਲੇ 70 ਕਦਮ ਤੇ ਕਹਿਣਾ ਤਾਈ ਬੀਬੀ ਆਦੀ ਰੁਕ ਵਾਂ ਮੇਰੀ ਮੰਜ਼ਲ ਮੁੱਕ ਗਈ ਰੁਕਵਾਂ ਉਸੇ ਪਰਦੇ ਦੇ ਪਿੱਛੇ ਸੈਣ ਆਈ ਉਠਾਈ ਮੇਰੇ ਉਸਤਾਦ ਬਣ ਪੜਾ ਇਵੇਂ ਨਾ ਬਾਬਾ ਉਹਨਾਂ ਫਰਮਾਇਆ ਨੌ ਵੀ ਰੁਕਵਾ ਕੇ ਸ਼ਾਮ ਦੀ ਮਲਕਾ ਵੇ ਜਦਾਂ ਗੁਜ਼ਰੀਏ ਮਕਤਾ ਲਗਾ ਚੋਂ ਕਰ ਪੱਖੀ ਬੰਦ ਪਰਵਾਦ ਗਏ ਹੋ ਮੈਦੀ ਸੈਣ ਦੇ ਸ਼ਰਮ ਹਯਾ ਹੈ ਆਵਾਜ਼ ਆਉਂਦਾ ਇੱਕ ਲਾਸ਼ ਉੱਠੀ ਬਿਨ ਬਾਦੂਆਂ ਦੇ ਸਦਕੇ 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 ਬਿਸਮਿਲਾ ਬਿਸਮਿਲਾ ਓਏ ਖਾ ਗਏ ਰਤ ਮਣ ਦਰਿਆ ਤੂੰ ਗਾਜ਼ੀਆ ਦੇ ਕਹਿ ਲੁੱਟੀ ਚਾਦਰ ਹਾਏ ਹਾਏ ਫਜ਼ਲ ਦਾ ਬਾਬਾ ਪੁੱਛੇ ਵੱਲ ਵੱਲ ਆਉਣ ਦੀ ਬਾਹਰੋਂ ਲਾਲ ਵਲਾਇਤ ਦਾ ਕਰ ਲਿਲਾ ਮੇਰਾ ਮੌਲਾ ਦਾਦੀ ਦੇ ਪਰਦੇ ਦਾ ਵਾਸਤਾ ਹੀ ਮੇਰੇ ਭਰਾ ਨੂੰ ਸਿਹਤ ਦੇ ਮਾਮੇ ਜ਼ਮਾਨਾ ਤੂੰ ਨਾਜ਼ਮ ਹੈ ਕਾਇਨਾਤ ਹੈ ਮੇਰਾ ਮੌਲਾ ਕੁਨ ਫਯਕੂਨ ਦਾ ਤੂੰ ਮਾਲਿਕ ਹੈ ਮੌਲਾ ਭਲਾ ਕਰ ਦਾਦੀ ਦੇ ਜ਼ਖਮੀ ਪਾਸੇ ਦਾ ਵਾਸਤਾ ਹੀ ਮੇਰੇ ਭਰਾ ਨੂੰ ਸਿਹਤ ਦੇ ਇਹਨਾਂ ਦੇ ਬੇਟੇ ਨੂੰ ਸਿਹਤ ਦੇ ਬੇਟਾ ਇਹਨਾਂ ਨੂੰ ਨਸੀਬ ਫਰਮਾ ਬੇਟੇ ਨੂੰ ਇਹ ਨਸੀਬ ਫਰਮਾ ਹੁਣ ਸਾਰੇ ਬੀਬੀ ਵਾਸ ਬੀਬੀ ਦੇ ਦਰਬਾਰ ਚੂ ਬਾਬਾ ਸਾਈ 300 ਮੈਂ ਵਾਸਤਾ ਦੇਸਾਂ ਦੁਆ ਨਾਜ਼ਮ ਮਿੰਬਰ